ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਬੜਾ ਜ਼ਰੂਰੀ ਹੈ ਅਸੀਂ ਸਾਰਿਆਂ ਦੀ ਗੱਲ ਸੁਣਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਦੁਬਾਰਾ ਕਾਲ ਕਰੋ ਪਲੀਜ਼। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਗੁਰਦੀਪ ਬੋਲਦਾ ਜੀ। ਹਾਂਜੀ ਗੁਰਦੀਪ ਜੀ, ਦੱਸੋ। ਮੈਂ ਕਹਿੰਦਾ ਜੀ ਕਿ ਜਿਹਨਾਂ ਬੱਚਿਆਂ ਨੂੰ ਜਾਂ ਮਰਦਾਂ ਜਾਂ ਔਰਤਾਂ ਨੂੰ ਘਰ ਵਿੱਚੋਂ ਬਹੁਤਾ ਨਿੱਘ ਜਾਂ ਪਿਆਰ ਨਹੀਂ ਮਿਲਦਾ, ਉਹ ਲੋਕ ਆਸਾਨੀ ਨਾਲ ਗਲਤ ਰਸਤਿਆਂ ਤੇ ਤੁਰਦੇ ਆ, ਮੈਜੋਰਟੀ ਮੈਂ ਕਹਿੰਦਾ ਜੀ ਜੀ। ਸੋ ਇਹ ਪਹਿਲਾਂ ਦਾ ਚੱਟ ਤਾਂ ਇਹਨਾਂ ਨੇ ਹਸਬੈਂਡ ਨੇ ਹੀ ਲਾਇਆ, ਉਹਨਾਂ ਦੀਆਂ ਜਿੰਨਾ ਤੁਸੀਂ ਵਰਣਨ ਕੀਤਾ ਸਾਰਾ ਪਤਾ ਲੱਗ ਰਿਹਾ ਕਿ ਉਹ ਪੈਸੇ ਦੇ ਉਹ ਚੱਕਰ ਚ ਇਹ ਵਾਈਫ ਨੂੰ ਪਿਆਰ ਦੇਣਾ ਭੁੱਲ ਗਿਆ। ਚਲੋ ਉਹ ਗਲਤੀ ਹੋ ਗਈ, ਉਹ ਆਪ ਕਹਿੰਦੇ ਆ ਕਿ ਆਈ ਐਮ ਗਿਲਟੀ ਆਫ ਦਿਸ ਸਪੈਂਡਿੰਗ ਟੂ ਮਚ ਟਾਈਮ ਆਊਟਸਾਈਡ ਦਾ ਹਾਊਸ। ਹਾਂ, ਸਮਝ ਵਿੱਚ ਉਹੀ ਆ ਰਿਹਾ, ਬਾਕੀ ਹੁਣ ਕਰਨਾ ਕੀ ਆ, ਆਪਾਂ ਉੱਤੇ ਆਈਏ। ਮੇਨ ਸਮੱਸਿਆ ਇਹ ਆ, ਇਹ ਐਡਿਕਸ਼ਨ ਹੈ ਔਰ ਬਹੁਤ ਭੈੜੀ ਐਡਿਕਸ਼ਨ ਹੈ। ਮੈਂ 20 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਮੈਂ ਕਦੇ ਵੀ ਕਸੀਨੋ ਨਹੀਂ ਗਿਆ, ਨਾ ਮੈਂ ਆਪਣੀ ਜ਼ਿੰਦਗੀ ਚ ਕਦੇ ਇਹ ਖੇਡਿਆ ਜੂਆ। ਮਤਲਬ ਇਹ ਮੇਰੇ ਤਾਂ ਦਿਮਾਗ ਵਿੱਚ ਬਚਪਨ ਤੋਂ ਹੀ ਕਿਤੇ ਬਹਿ ਗਿਆ ਵੀ ਜੂਆ ਨੀ ਖੇਡਣਾ, ਚਾਹੇ ਕੁਛ ਹੋ ਜਾਏ। ਇਹ ਇਹ ਹੁਣ ਕੀ ਹੋ ਗਿਆ ਕਿ ਇਹਨੂੰ ਚਾਹੀਦਾ ਹੈ ਕਿ ਉਹਨੂੰ ਪਹਿਲਾਂ ਇਹ ਦੱਸੇ, ਗੱਲ ਸਮਝਾਵੇ ਕਿ ਇਹ ਮਾਫੀਆ ਗਰੁੱਪ ਹੈ ਜਿਹੜੇ ਕਸੀਨੋ ਖੇਲਦੇ ਆ, ਇਹ ਬਹੁਤ ਵੱਡੇ ਸਕੇਲ ਤੇ ਮਾਫੀਆ ਗਰੁੱਪ ਹੈ ਅਮੈਰੀਕਾ ਦੇ ਵਿੱਚ। ਔਰ ਇਹ ਜੇ ਕਿਤੇ ਬਹੁਤ ਵੱਡਾ ਕੋਈ ਇਨਾਮ ਜਿੱਤ ਜਾਏ ਉਹਦਾ ਪਤਾ ਵੀ ਨਹੀਂ ਲੱਗਣ ਦਿੰਦੇ, ਉਹਨੂੰ ਖਤਮ ਹੀ ਕਰ ਦਿੰਦੇ ਆ। ਸੋ ਪਹਿਲੀ ਗੱਲ ਤਾਂ ਇਹ ਉਹਨਾਂ ਨੂੰ ਇਹ ਦੱਸਣੀ ਚਾਹੀਦੀ ਆ, ਇਹ ਮਾਫੀਆ ਗਰੁੱਪ ਆ, ਇਹ ਜੇ ਤੂੰ ਕੋਈ ਇੱਕ ਵਾਰੀ ਵੱਡਾ ਕੋਈ ਜਿੱਤ ਵੀ ਗਈ ਨਾ, ਇਹ ਵੀ ਤੈਨੂੰ ਖਤਮ ਕਰ ਦੇਣਾ ਤੇ ਨਾਲ ਮੇਰੀ ਵੀ ਲਾਈਫ ਚਲੀ ਜਾਣੀ ਆ। ਇੱਕ ਉਹਨੂੰ ਇਹ ਕਲੀਅਰ ਕਰ। ਦੂਜਾ, ਉਹ ਲੜਕੀ ਜੋ ਹੈ ਉਹ ਨਾ ਤਾਂ ਲਾਇਬ੍ਰੇਰੀ ਜਾਂਦੀ ਹੋਊਗੀ, ਨਾ ਉਹਨੂੰ ਟੀਵੀ ਦਾ ਸ਼ੌਂਕ ਹੋਣਾ, ਨਾ ਉਹਦੇ ਕੋਲ ਇੰਨਾ ਟਾਈਮ ਹੋਣਾ, ਫਿਰ ਜਿਹੜਾ ਮਾੜਾ ਮੋਟਾ ਟਾਈਮ ਬਚਦਾ ਉੱਥੇ ਜਾਂਦੀ, ਇਹਨੂੰ ਲਾਇਬ੍ਰੇਰੀ ਲੈ ਕੇ ਜਾਇਆ ਕਰਨ, ਯਾਨੀ ਮੋਰ ਸੈਟਰਡੇ ਸੰਡੇ ਉਹਦੇ ਨਾਲ ਬਿਤਾਉਣ। ਇੱਕ ਬੈਡਮਿੰਟਨ ਗਰਾਊਂਡ ਜਾਂ ਤਾਂ ਘਰ ਵਿੱਚ ਬਣਾ ਲੈਣ, ਜੇ ਖੁੱਲੀ ਆ ਘਰ, ਜੇ ਨਹੀਂ ਤਾਂ ਫਿਰ ਬਾਹਰ ਉੱਥੇ ਚੱਲ ਜਾਣ, ਬੈਡਮਿੰਟਨ ਖੇਲਿਆ ਕਰਨ ਉਹਦੇ ਨਾਲ। ਜੀ ਜੀ, ਬਹੁਤ ਵਧੀਆ, ਇਹ ਸਭ ਤੋਂ ਬੈਸਟ ਮੈਥਡ ਹੈ। ਲਾਇਬ੍ਰੇਰੀ ਲੈ ਜਾਓ, ਉਹਨੂੰ ਮੂਵੀ ਲੈ ਜਾਓ, ਉਹਨੂੰ ਮਤਲਬ ਕੋਈ ਨਾ ਕੋਈ ਐਕਟੀਵਿਟੀ ਦੇ ਵਿੱਚ ਆਪ ਵੀ ਫਸ ਜਾਓ, ਉਹ ਆਪ ਵੀ ਨਹੀਂ ਇੱਦਾਂ ਦਾ ਕਰਦਾ ਤੇ ਉਹ ਬਿਲਕੁਲ ਹੀ ਰਹਿ ਗਈ। ਸੋ ਇਹ ਐਕਟੀਵਿਟੀ ਚ ਫਸਾਓ, ਬਾਕੀ ਉਹਦੇ ਖਾਨੇ ਚ ਪਾ ਦਿਓ ਕਿ ਦੇ ਆਰ ਮਾਫੀਆ ਐਂਡ ਵੈਰੀ ਡੇਂਜਰਸ। ਸੋ ਉਹ ਪਤਾ ਨਹੀਂ ਹੋਏਗਾ। ਥੈਂਕ ਯੂ ਸੋ ਮਚ, ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਆਵਾਜ਼ ਪਲੀਜ਼, ਟੀਵੀ ਦੀ ਪਿੱਛੋਂ ਆਵਾਜ਼ ਆ ਰਹੀ ਹੈ, ਦੁਬਾਰਾ ਕਾਲ ਕਰੋ ਤੁਸੀਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅਰਵਿੰਦ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਹੋ ਜੀ? ਹਰਦੀਪ ਸਿੰਘ ਸੋਢੀ ਬੋਲ ਰਹੇ ਜੀ। ਹਾਂਜੀ ਹਾਂਜੀ, ਸਵਾਗਤ ਹੈ, ਦੱਸੋ ਕੀ ਕਹਿੰਦੇ ਹੋ। ਵੇਖੋ ਜੀ, ਉਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈਗੀ ਆ। ਓਕੇ, ਕਿ ਕੋਈ ਵੀ ਤੁਸੀਂ ਕੰਮ ਕਰਦੇ ਹੋ ਉਹਦੇ ਫਾਇਦੇ ਤੇ ਨੁਕਸਾਨ ਵੇਖ ਕੇ ਕਰੋ। ਜੀ ਬਿਲਕੁਲ ਬਿਲਕੁਲ, ਜੇ ਤੁਸੀਂ ਫਾਇਦੇ ਵੀ ਕਰਨਾ ਤੇ ਫਿਰ ਆਪਣੀ ਪਾਕਟ ਵੇਖ ਕੇ ਕਰੋ। ਇੱਥੇ ਅਮਰੀਕਾ ਦੇ ਵਿੱਚ ਇਸ ਯੂਏ ਨੂੰ ਆਪਾਂ ਕਹਿੰਦੇ ਕਿੰਨਾ ਚੁਗਲ ਕਰਦੇ ਜੀ ਆਪਾਂ ਇਹੋ, ਠੀਕ ਹੈ ਨਾ? ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ ਤੁਸੀਂ ਜਰਾ। ਹਾਂਜੀ ਹਾਂਜੀ, ਮੈਂ ਕਹਿ ਰਿਹਾ ਵੀ ਆਪਾਂ ਜਿਹੜੇ ਮੁਲਕ ਦੇ ਵਿੱਚੋਂ ਆਏ ਆ ਉਸੇ ਚੀਜ਼ ਨੂੰ ਕਿੰਨਾ ਕੋਈ ਫਨ ਕਹਿੰਦਾ। ਹਾਂਜੀ ਹਾਂਜੀ, ਕਲਚਰ ਯਾ ਇੱਥੇ ਕਲਚਰ ਵੀ ਪ੍ਰਮੋਟ ਕਰਦਾ ਹੈ ਕੈਸੀਨੋ ਨੂੰ, ਰਾਈਟ? ਕਲਚਰ ਪ੍ਰਮੋਟ ਕਰਦਾ। ਦੇਖੋ, ਸਭ ਤੋਂ ਪਹਿਲਾਂ ਜੂਏ ਦੇ ਬਾਰੇ ਚ ਜਾਣਨ ਦੀ ਲੋੜ ਆ ਕਿ ਹੁੰਦਾ ਕੀ ਹੈ। ਜੂਆ ਬਣਾਉਣੇ ਵਾਲੋਂ ਕਾ ਵੀ ਨਹੀਂ ਹੋਆ। ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ ਹਰਜੀਤ ਜੀ। ਮੈਨੂੰ ਅੱਧਾ ਮਿੰਟ ਹੋਰ ਗੱਲ ਕਰਨੀ। ਹਾਂਜੀ ਦੱਸੋ। ਵੇਖੋ, ਸਾਡੇ ਜਿਹੜੇ ਭਾਰਤੀ ਇਤਿਹਾਸ ਮੁਤਾਬਕ ਜੂਆ ਜਿਹੜਾ ਇਹ ਕਾਰਵਾਂ ਪਾਂਡਵਾਂ ਤੋਂ ਸ਼ੁਰੂ ਹੋਇਆ ਮਹਾਭਾਰਤ ਵੇਲੇ। ਜੀ ਜੀ ਜੀ, ਉਹਨਾਂ ਦੀ ਦ੍ਰੋਪਦੀ ਹਾਰ ਗਈ ਸੀ ਜੂਏ ਦੇ ਵਿੱਚ। ਦਰਸ਼ਨ ਜੀ ਨੇ ਕਿਹਾ ਬਿਲਕੁਲ ਬਿਲਕੁਲ, ਹਾਂਜੀ ਹੈ ਨਾ। ਅੱਛਾ, ਦੂਜੀ ਗੱਲ ਅੱਗੇ ਆ ਜਾਓ, ਜੇ ਆਪਾਂ ਅਮਰੀਕਾ ਦੀ ਗੱਲ ਕਰ ਲਈਏ ਤੇ ਅਮਰੀਕਾ ਦੇ ਵਿੱਚ ਆਪਾਂ ਇੱਕ ਕਾਰ ਲੈਣੀ ਹੋਵੇ, ਸਕੂਟਰ ਲੈਣਾ ਹੋਵੇ, ਈਵਨ ਤੁਹਾਡੇ ਕੋਈ ਕ੍ਰੈਡਿਟ ਕਾਰਡ ਲੈਣਾ ਹੋਵੇ ਤੇ ਉਹ ਪਹਿਲਾਂ ਕਹਿੰਦੇ ਵੀ ਆਪਣੀ ਸਾਰੀ ਹਿਸਟਰੀ ਦਿਓ ਤੇ ਤੁਹਾਡਾ ਅਸੀਂ ਕ੍ਰੈਡਿਟ ਸਕੋਰ ਵੇਖਾਂਗੇ ਤੇ ਫਿਰ ਤੁਹਾਨੂੰ ਅਸੀਂ ਕ੍ਰੈਡਿਟ ਕਾਰਡ ਦੇਵਾਂਗੇ। ਜੀ ਜੀ, ਤੇ ਜਨਮ ਅਸੀਂ ਉੱਥੇ ਵੇਗਸ ਜਾਂ ਕਿਸੇ ਜਗ੍ਹਾ ਵੀ ਕਸੀਨੋ ਚ ਐਂਟਰ ਕਰਦੇ ਹਾਂ, ਜੂਏ ਵਾਲੀ ਮਸ਼ੀਨ ਤੇ ਬਹਿੰਦੇ ਹਾਂ, ਕਦੀ ਉਹਨਾਂ ਨੇ ਪੁੱਛਿਆ ਤੁਹਾਡਾ ਕ੍ਰੈਡਿਟ ਸਕੋਰ ਕੀ ਆ? ਰਾਈਟ, ਬਿਲਕੁਲ ਬਿਲਕੁਲ,
ਬਿਲਕੁਲ ਸਹੀ ਐਗਜ਼ਾਮਪਲ ਹੈ, ਮੇ ਬੀ ਇਹੀ ਉਹਨਾਂ ਦੇ ਯੂ ਨੋ ਇਸ ਤੋਂ ਸਮਝ ਆ ਜਾਏ। ਥੈਂਕ ਯੂ ਸੋ ਮਚ ਹਰਦੀਪ ਜੀ। ਹੋਰ ਪੁੱਛਦੇ ਆ ਬਾਕੀ ਸਾਰੇ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਪਲੀਜ਼ ਮੈਨੂੰ ਟੀਵੀ ਦੀ ਆਵਾਜ਼ ਆ ਰਹੀ ਹੈ ਔਰ ਤੁਸੀਂ ਪਲੀਜ਼ ਟੀਵੀ ਨੂੰ ਵੋਲਿਊਮ ਘਟਾ ਦਿਆ ਕਰੋ ਔਰ ਕਾਲ ਕਰਿਆ ਕਰੋ, ਗੱਲ ਕਰਿਆ ਕਰੋ। ਹਾਂਜੀ ਹੈਲੋ, ਤੁਹਾਨੂੰ ਦੁਬਾਰਾ ਕਾਲ ਕਰਨੀ ਪੈਣੀ ਹੈ, ਆਈ ਕੈਂਟ ਵੇਟ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਰਾਜਕੁਮਾਰ ਬੋਲ ਰਿਹਾ ਜੀ। ਹਾਂਜੀ ਰਾਜਕੁਮਾਰ ਜੀ, ਸਵਾਗਤ ਹੈ, ਦੱਸੋ ਕੀ ਕਹਿੰਦੇ ਹੋ ਅੱਜ? ਮੈਂ ਜੀ ਇਹੀ ਸਲਾਹ ਦਿਆਂਗਾ ਕਿ ਇਸ ਬੁਰੀ ਆਦਤ ਤੋਂ ਬਚ ਕੇ ਰਹਿਣਾ ਬੜਾ ਮੁਸ਼ਕਿਲ ਹੈ। ਮੇਰੀ ਵਾਈਫ ਨੂੰ ਵੀ ਆਦਤ ਸੀ। ਅੱਛਾ, ਪਰ ਇਸ ਉਸ ਟਾਈਮ ਤੋਂ ਜਦ ਕਿ ਉਹਨੇ ਆਪਣੀ ਸਹੇਲੀ ਨਾਲ ਤਿਆਰ ਹੋਣਾ, ਮੈਂ ਜਾਣਾ ਹੈ। ਅੱਛਾ ਜੀ, ਘਰ ਵਿੱਚ ਪੈਸੇ ਹੀ ਇੰਨੇ ਕੁ ਛੱਡੋ ਕਿ ਉਹ 500 ਤੋਂ ਵੱਧ ਪਿਆ ਹੀ ਨਾ ਹੋਵੇ। ਨੰਬਰ ਇੱਕ ਜੀ, ਉਹਦੇ ਕੋਲ ਪੈਸੇ ਹੀ ਨਾ ਹੋਣ ਇੰਨੇ ਕੁ ਜੂਆ ਖੇਡ ਸਕੇ। ਉਹਨੂੰ ਹੌਲੀ ਹੌਲੀ ਮੈਂ ਨਾਲ ਗਿਆ ਤੇ ਨਾਲ ਜਾ ਕੇ ਉਹਨੂੰ ਕਹਿਣਾ ਵੀ ਬਸ ਮੈਂ ਤਾਂ $200 ਜਿੱਤ ਲਿਆ, ਮੈਂ ਲੈ ਗਿਆ ਚੱਲਿਆ, ਆਈ ਐਮ ਗੋਇੰਗ ਹੋਮ। ਅੱਛੀ, ਤੇ ਉਹ ਆਦਤ ਉਹਨੂੰ ਹੌਲੀ ਹੌਲੀ ਉਸ ਟਾਈਮ ਤੇ ਮੈਂ ਉਹਨੂੰ ਉੱਥੇ ਹੀ ਲੈ ਜਾਣਾ, ਚੱਲ ਆਪਾਂ ਫਲਾਣੇ ਰੈਸਟੋਰੈਂਟ ਚੱਲੀਏ, ਆਪਾਂ ਉੱਥੇ ਖਾਣਾ ਅੱਛਾ ਬਣਦਾ। ਆਈ ਮੀਨ ਉਹ ਆਦਤ ਇਸ ਤਰੀਕੇ ਨਾਲ ਬਦਲੀ, ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈਣਾ, ਚਲੋ ਵੀ ਆਪਾਂ ਇੰਜੋਏ ਕਰਨ ਚੱਲੀਏ, ਤੇ ਉਹਦਾ ਖਿਆਲ ਹੀ ਹੋਰ ਪਾਸੇ ਪਾ ਦਿਓ। ਸੈਟਰਡੇ ਸੰਡੇ ਹੁੰਦਾ ਹੈ, ਉਦੋਂ ਹੀ ਜ਼ਿਆਦਾਤਰ ਔਰਤਾਂ ਨੂੰ ਆਦਤ ਹੁੰਦੀ ਹੈ। ਠੀਕ ਹੈ, ਸਾਡੇ ਕਮਿਊਨਿਟੀ ਵਿੱਚ ਲੋਕ ਬੜੇ ਅੱਛੇ ਅੱਛੇ ਸਿਆਣੇ ਲੋਕ ਨੇ, ਅਸੀਂ ਇੱਥੇ ਦੇ ਜਿਹੜੇ ਲੋਕ ਨੇ ਇੱਥੇ ਦੇ ਹੈਬਚੁਅਲ ਨੇ। ਹਾਂਜੀ, ਇੱਥੇ ਦੇ ਲੋਕ ਜਿਹੜੇ ਨੇ ਇੱਥੇ ਦੇ ਮੁਤਾਬਕ ਹੀ ਸਾਨੂੰ ਸਾਰੇ ਦੱਸਣਗੇ, ਬਟ ਜਿਹੜੇ ਸਾਡੀ ਮੈਜੋਰਿਟੀ ਹੈ ਨਾ ਸਾਡੇ ਲੋਕਾਂ ਦੀ, ਉਹ ਸਾਡੇ ਲੋਕਾਂ ਦੇ ਮਾਹੌਲ ਮੁਤਾਬਕ ਦੱਸਣੀ। ਸਲਾਹ ਇਹੀ ਹੈ ਮੰਨੀ ਜਾਵੇ ਕਿ ਸਾਡੇ ਪੰਜਾਬੀ ਜਿਹੜੇ ਅੱਛੇ ਸਰਦਾਰ ਜਾ ਦੇ ਸਕਦੇ ਨੇ, ਬੜੇ ਅੱਛੇ ਅੱਛੇ ਸਰਦਾਰ ਸਲਾਹ ਕਰ ਬੈਠੇ ਨੇ, ਸੋ ਇੱਥੇ ਦੇ ਲੋਕਾਂ ਦੀ ਸਾਡੇ ਲੋਕਾਂ ਦੀ ਸਲਾਹ ਲਈ ਜਾਵੇ ਜਿਹੜੇ ਕਿ ਇੱਥੇ ਵੱਸਦੇ ਨੇ, ਜਿਹਨਾਂ ਨੂੰ ਪਤਾ ਹੈ ਕਿ ਇੱਥੇ ਦੇ ਲੋਕਾਂ ਨਾਲ ਸਾਡੇ ਨਾਲ ਕੀ ਬੀਤੀ ਹੈ। ਥੈਂਕ ਯੂ ਸੋ ਮਚ ਜੀ, ਥੈਂਕ ਯੂ, ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਕੇ ਸਾਰਿਆਂ ਨੂੰ ਸਲਾਹ ਦੇ ਰਹੇ ਹੋ ਔਰ ਖਾਲੀ ਉਹ ਹੀ ਨਹੀਂ ਸੁਣ ਰਹੇ। ਔਰ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ, ਅਡਿਕਸ਼ਨ ਕਿਸੇ ਵੀ ਚੀਜ਼ ਦੀ, ਕੋਈ ਵੀ ਯੂ ਨੋ ਜਿਹੜੀ ਕਿ ਕੰਪਲਸਿਵ ਬਿਹੇਵੀਅਰ ਹੋ ਗਿਆ ਜਿਹਦਾ ਫਾਇਦਾ ਕੁਛ ਨਹੀਂ ਔਰ ਨੁਕਸਾਨ ਬੜਾ, ਫੰਕਸ਼ਨੈਲਿਟੀ ਘਟਦੀ ਹੈ, ਤੁਹਾਡਾ ਰਿਲੇਸ਼ਨਸ਼ਿਪਸ ਵਿੱਚ ਪ੍ਰੋਬਲਮ ਆਉਂਦੀ ਹੈ, ਤੁਸੀਂ ਇੱਕ ਬੇਕਾਰ ਜਗ੍ਹਾ 'ਤੇ ਆਪਣਾ ਸਮਾਂ ਯੂ ਨੋ ਬਿਤਾ ਰਹੇ ਹੋ, ਸੋ ਬੜੇ ਸਾਰੇ ਨੁਕਸਾਨ ਹੈ ਔਰ ਕੋਜ਼ਿਸ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ ਕਿਉਂ ਹੋਇਆ, ਮੰਨਦੇ ਹਾਂ ਬਹੁਤ ਵਾਰੀ ਸਮੇਂ ਨੂੰ ਜਾਂ ਪਿਆਰ ਨੂੰ ਜਾਂ ਕਿਸੇ ਚੀਜ਼ ਨੂੰ ਪੂਰੀ ਕਰਨ ਵਾਸਤੇ ਵੀ ਹੁੰਦਾ ਹੈ, ਪਰ ਬਹੁਤ ਵਾਰੀ ਇੱਕ ਪਰਸਨੈਲਿਟੀ ਦੇ ਵਿੱਚ ਡਿਸਪੋਜੀਸ਼ਨ ਵੀ ਹੈ, ਯੂ ਨੋ ਪਹਿਲੇ ਜਿਵੇਂ ਕਹਿੰਦੇ ਹਾਂ ਕਿ ਉਸ ਪਰਸਨੈਲਿਟੀ ਦੇ ਵਿੱਚ ਉਹ ਚੀਜ਼ ਹੈ, ਜਿਸ ਤਰ੍ਹਾਂ ਬਰਿੰਦਰ ਜੀ ਨੇ ਕਿਹਾ ਕਿ $1,000 ਖਰਚੇ ਅਤੇ ਮੈਂ ਬਾਹਰ ਨਿਕਲ ਆਇਆ, ਉਹ $1,000 ਜਾਂ ਕੋਈ ਐਸੀ ਚੀਜ਼ ਜਿਹੜੇ ਕਿ ਫ੍ਰੀ ਕਮਰੇ ਦਿੰਦੇ ਨੇ, ਫ੍ਰੀ ਬੱਸਾਂ ਦਿੰਦੇ ਨੇ ਉੱਥੇ ਜਾਣ ਨੂੰ, ਉਹ ਸਿਰਫ ਇੱਕ ਬੇਟ ਹੈ, ਯੂ ਨੋ ਜਿਵੇਂ ਦਾਣਾ ਪਾਈਦਾ ਕਿ ਉਹ ਚੀਜ਼ ਦਿੱਤੀ ਤਾਂ ਕਿ ਤੁਸੀਂ ਮਤਲਬ ਇੱਕ ਹੁੱਕਅਪ ਤੁਹਾਨੂੰ ਹੋ ਜਾਏ, ਤੁਹਾਨੂੰ ਲੱਗ ਜਾਏ ਉਸ ਚੀਜ਼ ਦੀ ਕਿ ਹਾਂ ਮੈਂ ਦੁਬਾਰਾ ਜਾਣਾ। ਥੋੜ੍ਹੇ ਬੰਦੇ ਆ ਜਿਹੜੇ ਕਿ ਉਸ ਉਹਦੇ ਵਿੱਚ ਨਹੀਂ ਹੁੰਦੇ, ਸਾਰੇ ਤਾਂ ਨਹੀਂ ਅਡਿਕਟ ਹੋ ਜਾਂਦੇ, ਜਾਂਦੇ ਆ ਸਾਰੇ ਯੂ ਨੋ ਇੰਜੋਏ ਕਰਨ ਇੱਕ ਦੋ ਵਾਰੀ, ਬਟ ਉਹ ਜਿਹੜੀ ਪਰਸਨੈਲਿਟੀਜ਼ ਵੀ ਹੈਗੀਆਂ ਜਿਹੜੇ ਕਿ ਉਹ ਇੱਕ ਹਾਏ ਮਿਲਿਆ ਐਂਡ ਦੈਨ ਡੈਸਪਰੇਸ਼ਨ ਫੋਰ ਮਨੀ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਅਸੀਂ ਬਸ ਰਾਤੋਂ ਰਾਤ ਅਮੀਰ ਹੋ ਜਾਈਏ, ਲੋਟਰੀ ਦੀ ਅਰਦਾਸ ਜਿਵੇਂ ਉਹਨਾਂ ਨੇ ਕਿਹਾ ਕਿ ਲੋਟਰੀ ਦੀ ਅਰਦਾਸ ਕਰੇ, ਲੋਟਰੀ ਦੀ ਅਰਦਾਸ ਕਰਦੇ ਬੜੇ ਹੋਣੇ, ਪਰ ਕਿੰਨੇ ਬੰਦੇ ਲੋਟਰੀ ਪਾਉਂਦੇ ਆ? ਪਰ ਇਸ ਧਿਆਨ ਨਾਲ ਜਾਣਾ ਕਿ ਪਤਾ ਨਹੀਂ ਕਿੰਨਾ ਪੈਸਾ ਆ ਜਾਏਗਾ, ਫਿਰ ਮੈਂ ਪਤਾ ਨਹੀਂ ਕੀ ਕਰ ਲਾਂਗੀ। ਸੋ ਇਹ ਡੈਸਪਰੇਸ਼ਨ ਫੋਰ ਮਨੀ ਵੀ ਇੱਕ ਕਾਰਨ ਜਿਹੜਾ ਵੱਡਾ ਹੈਗਾ ਜਿਹਦੇ ਕਰਕੇ ਅਸੀਂ ਇਸ ਵੱਲ ਝੁਕਾਵ ਹੋ ਜਾਂਦਾ। ਪਰ ਸਾਰੇ ਬੜਾ ਵਧੀਆ ਦੱਸ ਰਹੇ ਨੇ, ਲੈਂਦੀ ਹੈ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਕਾਲ ਕਰਦੇ ਰਹੋ।